ਹੋਵੇ ਦੋ ਦਿਨ ਤੋਂ ਨਹੀਂ ਆ ਰਹੀ ਐਕਚੁਅਲੀ ਤਬੀਅਤ ਖਰਾਬ ਸੀ ਬੁਖਾਰ ਦਾ ਜ਼ੁਕਾਮ ਪੈਨਾਡੋਲ ਵੀ ਗੁਜ਼ਾਰਾ ਕਰ ਰਹੀ ਸੀ ਚਲੋ ਨਾ ਹੀ ਪੈਸੇ ਖਰਚਣੇ ਪੈਣ ਪਤਾ ਅੱਜ ਕੱਲ੍ਹ ਹਾਲਾਤ ਕਿੰਨੇ ਖਰਾਬ ਆ ਖੈਰ ਡਾਕਟਰ ਕੇ ਪਾਸ ਗਈ ਮੈਂ ਪਰਸੋਂ ਤੋਂ ਡਾਕਟਰ ਨੇ ਚੈੱਕਅਪ ਕੀਆ ਚੈੱਕਅਪ ਕਰਕੇ ਮੈਨੂੰ ਕਿਹਾ ਕਿ ਆਪਣਾ ਗਲਾ ਬਹੁਤ ਜ਼ਿਆਦਾ ਖਰਾਬ ਹੈ ਤੋ ਮੈਡੀਸਨ ਦੇ ਦੀ ਉੱਤੋਂ ਉਹਨੇ ਮੈਨੂੰ ਗਰਮ ਤੱਕ ਲਾਤਾ ਇੰਨਾ ਗਰਮ ਇੰਜੈਕਸ਼ਨ ਲਾ ਕੇ ਨਾਲ ਮੈਨੂੰ ਕਹਿੰਦਾ ਕਿੰਨੂ ਲੈ ਕੇ ਨਾ ਕਿੰਨੂ ਅਤੇ ਮਸੰਮੀ ਹਾਂ ਤੂੰ ਉਸਕਾ ਨਾ ਆਪ ਦੋਸਤੀ ਹੈ ਮੈਨੇ ਕਿਹਾ ਅੱਛਾ ਮੈਨੇ ਕਿਹਾ ਉਹ ਤੂੰ ਗਲਾ ਖਰਾਬ ਹੈ ਤੋ ਕਹਿੰਦਾ ਕੁਛ ਨਹੀਂ ਹੁੰਦਾ ਕੋਈ ਬਾਤ ਨਹੀਂ ਹੀਟ ਹੋਈ ਹੋਈ ਸਟਮਕ ਮੇਂ ਤੋ ਇਸ ਲਈ ਖੈਰ ਉਸਨੇ ਮੈਨੂੰ ਇੱਕ ਸਲਿਪ ਦੀ ਇਸ ਪੇ ਕਿ ਮੈਡੀਸਨ ਲਿਖੀ ਹੈ ਮੈਨੇ ਜਾ ਕੇ ਉਹ ਹੋਸਪਿਟਲਸ ਮੈਂ ਕਾਊਂਟਰ ਪਰ ਛੋਟੀ ਸੀ ਡਿਸਪੈਂਸਰੀ ਸੀ ਬਣੀ ਹੋਤੀ ਨਾ ਵਹਾਂ ਪੇ ਗਈ ਮੈਨੇ ਕਿਹਾ ਭਾਈ ਇਹ ਮੈਡੀਸਨ ਦੇ ਦਿਓ ਮੁਝੇ ਕਹਤਾ ਹਜ਼ਾਰ ਰੁਪਏ ਦੇ ਦਿਓ ਮੈਂ ਨਾ ਉਸਕੇ ਮੂੰਹ ਕੀ ਤਰਫ ਦੇਖ ਰਹੀ ਹਾਂ ਐਸੇ ਭਾਈ ਕਿਆ ਕਹਾ ਕਹਿਤਾ 1000 ਰੁਪਏ ਮੈਂ ਕਿਹਾ ਡਾਕਟਰ ਦੀ ਫੀਸ ਵਿੱਚ ਸ਼ਾਮਿਲ ਹੈ ਨਾ ਇਹਦੇ ਉਹਨੇ ਮੈਨੂੰ ਇੰਨੇ ਘੂਰ ਕੇ ਵੇਖਿਆ ਕਹਿੰਦਾ ਨਹੀਂ ਜੀ ਇਹ ਸਿਰਫ ਦਵਾਈ ਦੇ ਪੈਸੇ ਆ ਤੂੰ ਦਵਾਈ ਕਿਆ ਤੀ ਇੱਕ ਵੈਲੋਸੈਫ ਕਾ ਇੰਜੈਕਸ਼ਨ ਔਰ 3 ਟੈਬਲੇਟਸ ਓਨਲੀ ਸਿਰਫ 3 ਟੈਬਲੇਟਸ ਮੈਂ ਚੁੱਪ ਕਰਕੇ ਬਚਾਈ ਹੋਈ ਡਾਕਟਰ ਕੇ ਪਾਸ ਗਈ ਮੈਂ ਕਿਹਾ ਸ਼ਾਇਦ ਡਾਕਟਰ ਨੂੰ ਥੋੜ੍ਹਾ ਤਰਸ ਆ ਹੀ ਜਾਏ ਇੰਨੀ ਫੀਸ ਮੈਂ ਲੈ ਲਈ ਹੈ ਮੈਂ ਹੌਲੀ 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 ਮੈਂ ਕਿਹਾ ਅੱਛਾ ਚਲੋ ਇੰਜੈਕਸ਼ਨ ਮੈਨੂੰ ਲੱਗ ਗਿਆ ਮੈਂ ਕਿਹਾ ਆਹਿਸਤਾ ਆਹਿਸਤਾ ਚਲੋ ਰਿਮਕੇ ਰਿਮਕੇ ਨਾ ਦਰਾ ਕੇ ਥੋੜ੍ਹਾ ਕੁ ਹੋਣੀ ਸਾਈਡ 'ਤੇ ਅਤੇ ਸ਼ਾਇਦ ਡਾਕਟਰ ਮੇਰੇ ਕੋਲ ਪੈਸੇ ਨਾ ਹੀ ਮੰਗੇ ਫੀਸ ਦੇ ਮੈਨੇ ਫਿਰ ਆਪ ਹੀ ਪੁੱਛ ਲਿਆ ਮੈਂ ਕਿਹਾ ਡਾਕਟਰ ਸਾਹਿਬ ਕਿੰਨੀ ਫੀਸ ਆ ਉਹਨੂੰ ਵੱਖਰੀ ਫੀਸ ਦੇਣੀ ਪਈ ਇੰਨਾ ਮੈਨੂੰ ਗੁੱਸਾ ਚੜਿਆ ਇੰਨਾ ਮੈਨੂੰ ਗੁੱਸਾ ਚੜਿਆ ਉੱਤੋਂ ਮੈਨੂੰ ਉਹ ਦਵਾਈ ਖਾ ਕੇ ਮੈਂ ਇੰਨਾ ਘੁੰਮੀ ਇੰਨਾ ਘੁੰਮੀ ਹਾਏ ਲਾ ਮੈਂ ਤਾਂ ਪਾਗਲ ਨਹੀਂ ਹੋ ਗਈ ਮੈਂ ਦਵਾਈ ਇੰਨੀ ਗਰਮ ਹੀਟ ਅਪ ਸੀ ਨਾ ਮੈਂ ਖਾ ਵੀ ਨਹੀਂ ਆਈਡੀਆ ਸੀ ਮੈਨੂੰ ਥੋੜ੍ਹਾ ਜਿਹਾ ਲੇਕਿਨ ਮੈਂ ਕਿਹਾ ਸ਼ਾਇਦ ਮੈਂ ਕਿਲੋ ਦੁੱਧ ਲਿਆ ਸੀ ਕਿਲੋ ਦਾ ਕਿਲੋ ਪੀ ਲਿਆ ਉਸ ਦਿਨ ਠੀਕ ਹੈ ਪੀ ਕੇ ਇਸ ਤਰ੍ਹਾਂ ਨੇ ਸਾਰੀ ਰਾਤ ਸੁੱਤੀ ਨਹੀਂ ਹਾਲਾਂ ਕਫ ਵੀ ਹੋ ਰਹੀ ਸੀ ਜ਼ੁਕਾਮ ਵੀ ਥਾ ਫਿਰ ਵੀ ਮੈਂ ਸੋਈ ਨਹੀਂ ਮੈਂ ਜਾਗਦੀ ਰਹੀ ਮੈਂ ਕਿਹਾ ਚਲੋ ਜਾਗਦੀ ਹੂੰ ਸਾਥ ਸੋਨਾ ਕਹਾਂ ਤਾਂ ਸੋਇਆ ਨਹੀਂ ਚਾਹਿਆ ਤਾਂ ਅਜੀਬ ਤਰੀਕੇ ਸੇ ਤਬੀਅਤ ਖਰਾਬ ਹੋ ਰਹੀ ਸੀ ਔਰ ਪੂਰੀ ਰਾਤ ਔਰ ਅਬ ਤੱਕ ਨਾ ਮੈਂ ਡਾਕਟਰ ਕੋਲ ਬੜੀ ਦਵਾਈਆਂ ਦੀ ਹੈ ਦਵਾਓਂ ਸੇ ਰਾਤ ਤਾਂ ਬਦਦਵਾਈਆਂ ਦੀ ਹੈ ਗੁੱਸਾ ਮੁਝੇ ਇਤਨਾ ਆਇਆ ਥਾ ਖੈਰ ਇਤਨੀ ਸੀ ਬਾਤ ਕਰਨੀ ਥੀ ਆਪਣਾ ਬਹੁਤ ਸਾਰਾ ਖਿਆਲ ਰੱਖੀਏਗਾ ਅੱਲਾਹ ਹਾਫਿਜ਼ ਦੁਆ ਮੇਂ ਯਾਦ ਰੱਖੀਏਗਾ